ਇਹ ਪਾਰਟੀ ਦੇ ਵਿੱਚ ਜਿਹੜਾ ਹੈ ਵਾਧਾ ਹੋਇਆ ਹੈ, ਸਾਡੇ ਪਰਿਵਾਰ ਨੂੰ ਬਲ ਮਿਲਿਆ ਹੈ। ਇਹ ਬਹੁਤ ਹੀ ਮੈਚਿਓਰ ਵਾਈਜ਼ ਤੇ ਪਾਰਟੀ ਦੇ ਪੁਰਾਣੇ ਵਫਾਦਾਰ ਜਿਹੜੇ ਵਲੰਟੀਅਰਸ ਜਿਹੜੇ 10-10 ਸਾਲ ਤੋਂ ਪਾਰਟੀ ਦੇ ਨਾਲ ਚਟਾਨ ਵਾਂਗੂ ਖੜੇ ਨੇ, ਜਿਨ੍ਹਾਂ ਨੇ ਪਾਰਟੀ ਨੂੰ ਇਸ ਮਜ਼ਬੂਤੀ ਤੇ ਲੈ ਕੇ ਆਏ ਕਿ ਪਾਰਟੀ ਦੀ ਸਰਕਾਰ ਬਣਾਈ ਪੰਜਾਬ ਦੇ ਵਿੱਚ। ਅੱਜ ਉਹਨਾਂ ਦਾ ਜਿਹੜਾ ਹੈ ਕੰਟਰੀਬਿਊਸ਼ਨ ਨੂੰ ਰੈਕਗਨਾਈਜ਼ ਕਰਦੇ ਹੋਏ ਪਾਰਟੀ ਹਾਈਕਮਾਂਡ ਨੇ, ਅਰਵਿੰਦ ਕੇਜਰੀਵਾਲ ਜੀ ਨੇ, ਭਗਵੰਤ ਮਾਨ ਜੀ ਨੇ, ਪਾਠਕ ਸਾਹਿਬ ਨੇ, ਰਾਘਵ ਚੱਡਾ ਜੀ ਨੇ, ਇਹਨਾਂ ਸਾਰਿਆਂ ਨੇ ਜਿਹੜਾ ਹੈ ਇਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਹੈ। ਮੈਂ ਆਸ ਉਮੀਦ ਕਰਦਾ ਹਾਂ ਕਿ ਇਹ ਪਾਰਟੀ ਨੂੰ ਜਿਹੜਾ ਹੈ ਹੋਰ ਵਧਾਉਣਗੇ, ਤਰੱਕੀਆਂ ਵਾਲੇ ਪਾਸੇ ਲੈ ਕੇ ਜਾਣਗੇ। ਸਾਡੀ ਪਾਰਟੀ ਜਿਹੜੀ ਹੈ ਉਹ 10-11 ਸਾਲ ਪੁਰਾਣੀ ਪਾਰਟੀ ਹੈ। ਪਾਰਟੀ ਹੈਜ਼ ਟੂ ਗਰੋ। ਅਕਾਲੀ ਦਲ ਦੇਖੋ 100 ਸਾਲ, ਕਾਂਗਰਸ ਜਿਹੜੀ 125 ਸਾਲ, ਬੀਜੇਪੀ ਇੰਨੀ ਪੁਰਾਣੀ ਪਾਰਟੀ ਹੈ। ਸੋ ਇਹ ਗਰੋ ਕਰ ਚੁੱਕੀ ਹੈ। ਹੁਣ ਅਸੀਂ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਹਿੰਦੁਸਤਾਨ 'ਚ ਦੇਖੋ ਫਾਸਟੈਸਟ ਗਰੋਇੰਗ ਪਾਰਟੀ ਵੱਲੋਂ ਆਈ, ਫਾਸਟੈਸਟ ਨੈਸ਼ਨਲ ਪਾਰਟੀ ਨੂੰ ਜਿਹੜਾ ਹੈ ਪਹੁੰਚ ਸਕੀ ਉਹ ਆਮ ਆਦਮੀ ਪਾਰਟੀ। ਅੱਜ ਸਰ ਦੇ ਵਿਲ ਬੀ ਦ ਬ੍ਰਿਜ ਬਿਟਵੀਨ ਦ ਕਾਮਨ ਮੈਨ ਐਂਡ ਦ ਪਾਰਟੀ ਲੀਡਰਸ਼ਿਪ। ਇਹ ਸਾਡੇ ਆਈਜ਼ ਐਂਡ ਈਅਰਸ ਬਣ ਕੇ ਸ਼ਹਿਰ ਦੇ ਵਿੱਚ ਜਿਹੜਾ ਹੈ MC ਇਲੈਕਸ਼ਨ, ਲੋਕ ਸਭਾ ਇਲੈਕਸ਼ਨ ਦੇ ਵਿੱਚ ਇਹਨਾਂ ਦਾ ਅਹਿਮ ਰੋਲ ਰਹੇਗਾ। ਪਾਰਟੀ ਨੂੰ ਡਿਸਿਪਲਿਨ ਬਰਕਰਾਰ ਰੱਖਣਾ, ਕੋਈ ਕਿਸੇ ਤਰ੍ਹਾਂ ਦਾ ਗੈਪ ਨਾ ਰਹਿ ਜਾਵੇ, ਕੋਈ ਕਿਸੇ ਤਰ੍ਹਾਂ ਦੀ ਮਿਸਕਮਿਊਨੀਕੇਸ਼ਨ ਨਾ ਹੋਵੇ, ਉਸ ਚੀਜ਼ ਨੂੰ ਜਿਹੜਾ ਹੈ ਕੰਟਰੋਲ 'ਚ ਰੱਖਣਾ, ਪਾਰਟੀ ਨੂੰ ਅੱਗੇ ਵਧਾਉਣਾ ਫੈਲਾਉਣਾ, ਉਹ ਜਿਹੜਾ ਇਹਨਾਂ ਦੀ ਜ਼ਿੰਮੇਵਾਰੀ ਹੈ। ਸਰ ਇਹ ਪਾਰਟੀ ਨੇ ਡਿਸਾਈਡ ਕਰਨਾ ਹੁੰਦਾ ਜੀ। ਇਹ ਤਾਂ ਦੇਖੋ ਜ਼ਿੰਮੇਵਾਰੀ ਬਹੁਤ ਵੱਡੀ ਹੈ। ਹਰ ਇੱਕ ਬਲਾਕ ਇੰਚਾਰਜ ਦੇ ਥੱਲੇ 4-4 MCs ਆਉਣਗੇ ਜੀ, 4-4 ਵਾਰਡ ਆਉਣਗੇ। ਸੋ ਇਹ ਜ਼ਿੰਮੇਵਾਰੀ ਬਹੁਤ ਜਿਹੜੀ ਹੈ, ਸੰਦਰਭ ਇਹ ਹੈ ਕਿ ਇਲੈਕਸ਼ਨ ਨੇੜੇ ਨੇ, ਇਹਨਾਂ ਦਾ ਜਿਹੜਾ ਹੈ ਰਿਸਪੋਂਸੀਬਿਲਿਟੀ ਹੋਰ ਵੱਧ ਜਾਂਦੀ ਹੈ, ਜ਼ਿੰਮੇਵਾਰੀ ਵੱਧ ਜਾਂਦੀ ਹੈ। ਅਤੇ ਪਾਰਟੀ ਨੇ ਇੰਨਾ ਮਾਣ ਬਖਸ਼ਿਆ, ਕੁਝ ਦੇਖ ਸੋਚ ਸਮਝ ਕੇ ਕੀਤਾ ਹੋਣਾ, ਐਂਡ ਵੀ ਆਰ ਪ੍ਰਾਊਡ ਆਫ ਦੈਮ। ਨਹੀਂ, ਕੋਈ ਐਸੀ ਗੱਲ ਨਹੀਂ ਹੈ ਜੀ। ਵਾਰਡ ਬੰਦੀ ਜਿਹੜੀ ਹੈ ਨਵੀਂ ਤੇ ਅਸੀਂ ਬਣਾਈ ਹੈ, ਇੰਨੀ ਐਕਸਰਸਾਈਜ਼ ਹੋਈ ਹੈ। ਜਲੰਧਰ ਵਾਲਾ ਜਿਹੜਾ ਹੈਗਾ ਉਹ ਵੀ ਜਿਹੜਾ ਹੈ ਅਜੇ ਸਬਜੁਡਸ ਹੈਗਾ, ਇਹ ਵਾਰਡ ਬੰਦੀ ਤਾਂ ਨਵੀਂ ਨਾਲ ਹੀ ਹੋਈ ਹੈ। ਪੁਰਾਣੇ ਨਾਲ ਤਾਂ ਜਿਹੜੀ ਹੈ ਪਾਪੂਲੇਸ਼ਨ ਹੀ ਵੱਧ ਚੁੱਕੀ, 40,000 ਪਾਪੂਲੇਸ਼ਨ ਵਧੀ ਹੋਈ ਸੀ। ਦੇਖੋ ਸਾਡੇ ਸੀਐਮ ਸਾਹਿਬ ਦਾ ਇੱਕ ਫਲੇਅਰ ਹੈ, ਉਹਨਾਂ ਦਾ ਇੱਕ ਤਰੀਕਾ ਹੈ ਆਪਣੇ ਸੈਂਟੀਮੈਂਟਸ ਨੂੰ ਕਨਵੇ ਕਰਨ ਦਾ, ਬੜਾ ਯੂਨੀਕ ਹੈ, ਦੈਟਸ ਯੂਨੀਕ ਟੂ ਹਿਮ। ਇਸੇ ਤਰ੍ਹਾਂ ਸੁਖਬੀਰ ਬਾਦਲ ਜੀ ਦਾ ਉਹਨਾਂ ਦਾ ਅਲੱਗ ਹੈ, ਪ੍ਰਤਾਪ ਬਾਜਵਾ ਜੀ ਦਾ ਅਲੱਗ ਹੈ, ਸੁਨੀਲ ਜਾਖੜ ਜੀ ਦਾ ਅਲੱਗ ਹੈ। ਗੱਲ ਅਸੀਂ ਤਰੀਕੇ ਦੀ ਨਾ ਕਰੀਏ, ਗੱਲ ਅਸੀਂ ਕਰੀਏ ਵੀ ਉਸ ਦਿਨ ਕਿਹੜੇ ਮੁੱਦੇ 'ਤੇ ਬਹਿਸ ਹੋਈ। ਬਹੁਤ ਵੱਡਾ ਜਿਹੜਾ ਹੈ ਇੱਕ ਬੋਇਲਿੰਗ ਇਸ਼ੂ ਜਿਹੜਾ ਹੈ ਪੰਜਾਬ ਨੂੰ ਜਿਹੜਾ ਪਲੇਗ ਕਰ ਰਿਹਾ, ਇਹਨੇ ਲੰਬੇ ਸਮੇਂ ਤੋਂ ਜਿਹਨੇ ਪੰਜਾਬ ਨੂੰ ਮਾਹੌਲ ਨੂੰ ਹਮੇਸ਼ਾ ਆਨ ਦੀ ਐਜ ਰੱਖਿਆ, ਆਪਾਂ ਉਸਦੇ ਬਾਰੇ ਗੱਲ ਕਰਨੀ ਹੈ, ਔਰ ਇਹ ਬੜਾ ਸੰਜੀਦਗੀ ਦੇ ਵਿੱਚ ਹੋਣਾ ਚਾਹੀਦਾ। ਔਰ ਸੀਐਮ ਸਾਹਿਬ ਯੂਨੋ ਉਹਨਾਂ ਨੇ ਆਪਣੇ ਵੱਲੋਂ ਪੂਰਾ ਇੱਕ ਮਾਹੌਲ ਜਿਹੜਾ ਹੈ ਉਹ ਕ੍ਰੀਏਟ ਕਰਤਾ ਕਿ ਜਿੱਥੇ ਸਾਰੇ ਆਓ ਬੈਠ ਕੇ ਆਪਾਂ ਗੱਲ ਕਰੀਏ। ਪਰ ਸੁਖਬੀਰ ਬਾਦਲ ਨੇ ਜਵਾਬ ਦਿੱਤਾ, ਕਹਿੰਦਾ ਵੀ ਇਹ ਤਾਂ ਕੋਈ ਗੱਲਬਾਤ ਤਾਂ ਹੋਣੀ ਨਹੀਂ, ਕਹਿੰਦਾ ਸਿਰਫ ਟੁਟਕਰੇਬਾਜ਼ੀ ਹੋਊਗੀ। ਕਹਿੰਦਾ ਕਿ ਅਸਲੀ ਸੀਐਮ ਨਾਲ ਗੱਲ ਕਰਾਂਗੇ, ਨਕਲੀ ਸੀਐਮ। ਮੇਰੀ ਗੱਲ ਸੁਣੋ ਜੀ, ਦੇਖੋ ਕੌਣ ਕੀ ਕਹਿੰਦਾ ਹੈ, ਉਹਨਾਂ ਦਾ ਆਪਣਾ ਯੂਨੋ ਉਹ ਉਹਨਾਂ ਦਾ ਆਪਣਾ ਪਰਸਪੈਕਟਿਵ ਹੈ। ਸੁਖਬੀਰ ਬਾਦਲ ਜੀ ਬਾਰੇ ਕਿਹੜਾ ਆਪਾਂ ਨਹੀਂ ਜਾਣਦੇ ਜੀ, ਹੈ ਨਾ ਜੀ, ਪਿਤਾ ਸਮਾਨ ਤੇ ਉਹ ਸਾਰੀਆਂ ਗੱਲਾਂ ਤੇ ਕਦੇ ਕੁਛ ਕਦੇ ਕੁਛ, ਆਪਾਂ ਨੂੰ ਪਤਾ ਹੀ ਹੈ ਸਭਈ ਲਾਭ ਬਣਾਈ ਹੈ ਜਿਨ੍ਹਾਂ ਨੇ ਅੱਜ ਜਿੱਥੇ ਮੋੜ ਤੇ ਪਹੁੰਚੇ ਆ। ਇਹ ਨਾ ਜਿਹੜਾ ਹੈ ਅਵੇਜ਼ਿਵ ਜਿਹੜੇ ਟੈਕਟਿਕਸ ਹੁੰਦੇ ਨੇ ਅਵੋਇਡ ਕਰਨ ਦੇ, ਇਹ ਗੱਲਾਂ ਨੂੰ ਹੋਰ ਪਾਸੇ ਲਗਾ ਕੇ ਆਪਣੀ ਜਾਨ ਛਡਾਉਣਾ ਚਾਹੁੰਦੇ ਨੇ। ਐਡੀ ਦਲੇਰੀ ਹੈ ਜੇ ਤੁਸੀਂ ਬਾਕੀ ਆਪਣੇ ਆਪ ਨੂੰ ਕਹਿੰਦੇ ਹੋ ਕਿ ਅਸੀਂ ਪੰਜਾਬ ਦੇ ਭਲੇ ਦੇ ਵਾਸਤੇ ਅਸੀਂ ਸੈਕਰੀਫਾਈਸ ਦਿੱਤੇ ਨੇ, ਤੇ ਫਿਰ ਆਓ ਬੈਠੋ ਗੱਲ ਕਰੋ। ਸਿਰਫ ਇੱਕ ਪੋਲੀਟੀਕਲ ਰੈਟਰਿਕ ਦੇ ਕੇ ਭੱਜ ਜਾਣਾ ਡਿਬੇਟ ਤੋਂ, ਇਹ ਕੋਵਿਡਿਸ ਹੈ, ਇਹ ਕਾਇਰਾਂ ਦਾ ਕੰਮ ਹੈ। ਜੇ ਤੁਸੀਂ ਸੱਚੇ ਹੋ, ਤੁਸੀਂ ਵਾਕਈ ਹੀ ਪੰਜਾਬ ਵਾਸਤੇ ਕੁਛ ਕੀਤਾ ਹੈ, ਤਾਂ ਫਿਰ ਆ ਕੇ ਦੱਸ ਦਿਓ। ਉੱਥੇ ਸਾਰੇ ਹੋਣਗੇ, ਜਨਤਾ ਜਿਹੜੀ ਹੈ ਉਹ ਆਪਣੇ ਆਪ ਜੱਜ ਕਰ ਲਏਗੀ ਕੌਣ ਕਿੰਨੇ ਪਾਣੀ 'ਚ। ਕਰ ਰਿਹਾ ਸਰ, ਦੇਖੋ ਪਤਾ ਕੀ, ਮੈਂ ਤੁਹਾਨੂੰ ਪਹਿਲਾਂ ਵੀ ਦੱਸਦਾ ਰਿਹਾ, ਕਈ ਬਿਮਾਰੀਆਂ ਹੁੰਦੀਆਂ ਨੇ ਜਿਹੜੀਆਂ 2 ਦਿਨ ਦੀ ਐਂਟੀਬਾਇਟਿਕਸ ਲੈ ਕੇ 3 ਦਿਨ ਦਾ ਕੋਰਸ ਕਰੋ ਠੀਕ ਹੋ ਜਾਂਦੀਆਂ ਨੇ। ਕਈ ਵੱਡੀਆਂ ਪ੍ਰੋਬਲਮਸ ਹੁੰਦੀਆਂ ਨੇ। ਹੁਣ ਜੇ ਉਹਨੂੰ ਪੱਥਰ ਨੂੰ ਪੱਟਦੇ ਆ, ਪਹਿਲਾਂ ਤਾਂ ਉਹਦੀ ਲਗਾਈ ਤੇ ਪੈਸਾ ਲੱਗਿਆ, ਫਿਰ ਪੱਟਣ ਤੇ ਪੈਸਾ ਲੱਗੂਗਾ, ਫਿਰ ਉਹਦੀ ਤਾਂ ਕੋਈ ਹੋਰ ਨਵੀਂ ਚੀਜ਼ ਲਗਾਵਾਂਗੇ ਉਹਦੇ ਤੇ ਪੈਸਾ ਲੱਗੂਗਾ, ਫਿਰ ਜਿਹੜਾ ਪੱਟਿਆ ਹੋਇਆ ਪੱਥਰ ਹੈ ਉਹਨੂੰ ਫਿਰ ਕਿੱਥੇ ਲਗਾਵਾਂਗੇ, ਫਿਰ ਪੈਸਾ ਲੱਗੇਗਾ। ਇਹ ਤਾਂ ਤੁਸੀਂ ਇਹ ਸਵਾਲ ਮਹਾਰਾਣੀ ਪਰਨੀਤ ਕੌਰ ਜੀ ਨੂੰ ਕਰਿਆ ਕਰੋ, ਮੈਨੂੰ ਲੱਗ ਰਿਹਾ।
मैं सिर्फ इन्नी गल कहना कि महाराणी प्रनीत कौर जी ने एक प्रेसीडेंट सैट किया पटियाले दे विच फ्री एंड फेयर इलेक्शन का, जिन्ना उन्होंने प्यार और निष्पक्ष होके जिन्ना फेयरिटी दे विच इलेक्शन कराई हैं उस तो वध करावांगे, घट नहीं करावांगे। एमएलए साहब पार्टी फंड मंगाया जा रहा है टिकटां नूं, पार्टी फंड देखो साडे जिहड़े मुखी ने इह परिवार आ सी, उहनां दे परिवार दा मैंबर आ, जे इक बच्चे नूं अज इक जिम्मेवारी इक तरह दी मिली है ਤਾਂ ਬੱਚੇ ਨੂੰ ਦੂਸਰੇ ਬੱਚੇ ਨੂੰ ਦੂਜੀ ਜ਼ਿੰਮੇਵਾਰੀ ਮਿਲੇਗੀ। ਹਰ ਇੱਕ ਬੰਦੇ ਦਾ ਆਪਣਾ ਆਪਣਾ ਪਾਰਟੀ ਦੇ ਵਿੱਚ ਰੋਲ ਡਿਫਾਈਂਡ ਹੁੰਦਾ ਹੈ, ਇਸ ਕਰਕੇ ਇਹ 'ਚ ਟੈਨਸ਼ਨ ਲੈਣ ਵਾਲੀ ਗੱਲ ਨਹੀਂ। ਉਮੀਦ ਸਾਰਿਆਂ ਨੂੰ ਹੁੰਦੀਆਂ ਨਾ, ਨਹੀਂ ਸਰ ਦੇਖੋ ਇੱਕ ਵਾਰ ਸ਼ੁਕਰੇ 10-10 ਉਮੀਦਵਾਰ, ਸਰ ਇਹ ਅੱਛੀ ਗੱਲ ਹੈ ਨਾ, ਅੱਛੀ ਗੱਲ ਹੈ। ਤੁਸੀਂ ਇਹ ਦੇਖੋ ਵੀ ਕਿੰਨਾ ਕੰਪੀਟੀਸ਼ਨ ਹੈ ਸਾਡੇ ਵਿੱਚ, ਲੋਕਾਂ ਦੇ ਵਿੱਚ, ਸਾਡੀ ਪਾਰਟੀ ਦੇ ਵਿੱਚ ਕਿੰਨਾ ਜਿਹੜਾ ਹੈਗਾ ਅਬਜ਼ਰਪਸ਼ਨ ਹੈਗੀ ਹੈ ਕਿ ਇੱਕ ਇੱਕ ਵਾਰਡ ਦੇ ਵਿੱਚੋਂ 10-10 ਕੈਂਡੀਡੇਟ ਨੇ, ਦੂਜੀਆਂ ਪਾਰਟੀਆਂ ਦਾ ਕੈਂਡੀਡੇਟ ਨਹੀਂ ਮਿਲ ਰਹੇ। ਮੈਨੂੰ ਫੋਨ ਆ ਰਹੇ ਨੇ ਪੁਲਿਸ ਸਾਹਿਬ ਸਾਡੀ ਜਾਨ ਛੁਡਾ ਦਿਓ, ਅਸੀਂ ਸ਼ਹਿਰ ਛੱਡ ਕੇ ਜਾ ਰਹੇ ਹਾਂ। ਸਰਵੇ ਦੀ ਗੱਲ ਕੀਤੀ ਜਾ ਰਹੀ ਹੈ ਵੀ ਸਰਵੇ ਦੇ ਆਧਾਰ ਦੇ ਉੱਤੇ ਤੂੰ ਬਾਬਾ ਮੈਨੂੰ ਐਮਐਲਏਸ਼ਿਪ ਕਰ ਲਿਆ ਦੇ ਖਾਨ, ਪੁਲਿਸ ਸਾਹਿਬ ਸਰਵੇ ਦੇ ਆਧਾਰ ਤੇ ਕਹਿੰਦੇ ਟਿਕਟ ਦਿੱਤੀ ਜਾਏਗੀ, ਪਰ ਕੁਝ ਲੋਕ ਕਹਿੰਦੇ ਵੀ ਅਸੀਂ ਛੋਟੋ ਪਾਰਟੀ ਦੇ ਜੁੜੇ ਆ, ਅਸੀਂ ਕਾਰੋਬਾਰ ਤਾਂ ਖਤਮ ਕਰ ਲਏ ਅੱਜ ਦੇ। ਦੇਖੋ ਦੇਖੋ ਅੱਛਾ ਗੱਲ ਪਤਾ ਕੀ ਹੁੰਦੀ ਹੈ ਜੀ, ਆਪੋ ਆਪਣਾ ਨਜ਼ਰੀਆ ਹੁੰਦਾ, ਪਾਰਟੀ ਨੇ ਸਭ ਤੋਂ ਪਹਿਲਾਂ ਵਿਨੇਬਿਲਿਟੀ ਦੇਖਣੀ। ਪਾਰਟੀ ਨੇ ਆਹ ਦੇਖੋ ਆਹ ਜਿਹੜੇ ਅੱਜ ਬਲੌਕ ਇੰਚਾਰਜ ਬਣੇ ਨੇ ਜੀ, ਕੋਈ ਵੀ ਨਵਾਂ ਬੰਦਾ ਜਾਂ ਕੋਈ ਕਹਿ ਦੇਵੇ, ਅੱਜ ਤਾਂ ਇੱਕ ਬੰਦਾ ਜਿਹੜਾ ਅੱਜ ਪਾਰਟੀ ਦਾ ਇੱਥੇ ਸਾਰਾ ਇਕੱਠਾ ਹੋਇਆ ਫੋਰਮ, ਇੱਕ ਬੰਦਾ ਨਹੀਂ ਕਹਿ ਸਕਦਾ ਵੀ ਇਹ ਜਿਹੜੀ ਹੈ ਫਿਰ ਨਹੀਂ ਚੋਇਸ ਹੈਗੀ। ਸਾਡੇ ਪੁਰਾਣੇ ਬੰਦੇ ਨੇ ਸਾਰੀਆਂ, ਇਹਨਾਂ ਨੇ ਉਮਰਾਂ 10-10, 11-11 ਸਾਲ ਸੜਕਾਂ 'ਤੇ ਲਗਾਇਆ, ਪਾਰਟੀ ਨੂੰ ਇੱਥੇ ਖੜ੍ਹਾ ਕੀਤਾ। ਅੱਜ ਇਹ ਤਾਂ ਇੱਕ ਤਰ੍ਹਾਂ ਦਾ ਪਾਰਟੀ ਨੇ ਇਹਨਾਂ ਦਾ ਐਕਨੋਲੇਜ ਕੀਤਾ, ਇਹਨਾਂ ਦਾ ਐਫਰਟ, ਇਹਨਾਂ ਦਾ ਸੈਕਰੀਫਾਈਸ ਜਿਹੜਾ ਹੈ ਐਕਨੋਲੇਜ ਕੀਤਾ। ਮੈਂ ਖੁਦ ਜਿਹੜਾ ਹੈ ਇਸਤਕਬਾਲ ਕਰਦਾ, ਸਲਾਮ ਕਰਦਾ ਹਾਂ ਕਿ ਇਹਨਾਂ ਲੋਕਾਂ ਦੀ ਬਦੌਲਤ ਜਿਹੜਾ ਹੈ ਅੱਜ ਪੂਰੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ, ਔਰ ਇਕੱਲੀ ਇਹੀ ਪਾਰਟੀ ਹੈ ਆਮ ਆਦਮੀ ਪਾਰਟੀ ਜਿਹੜੀ ਆਪਣੀ ਵਲੰਟੀਅਰਾਂ ਦੀ ਸੁਣਦੀ ਹੈ, ਜਿਹੜੀ ਵਲੰਟੀਅਰਾਂ ਦੇ ਨਾਲ ਖੜੀ ਹੈ। ਜਿਹੜੀ ਇੰਨੀ ਵੱਡੀ ਐਕਸਰਸਾਈਜ਼ ਕੀਤੀ ਗਈ, 250 ਤੋਂ ਵੱਧ ਬੰਦੇ ਆਏ ਅਤੇ ਅਸੀਂ ਜਿਹੜਾ ਹੈ ਉਹਨਾਂ ਨੂੰ ਇੰਟਰਵਿਊ ਲਿਆ, ਉਹਨਾਂ ਨਾਲ ਗੱਲਬਾਤ ਕੀਤੀ, ਉਹਨਾਂ ਦਾ ਨਜ਼ਰੀਆ ਸਮਝਿਆ, ਅਤੇ ਅੱਜ ਉਹਨਾਂ ਨੂੰ ਜਿਹੜਾ ਹੈ ਉਹਦੇ ਵਿੱਚੋਂ ਬਲਾਕ ਪ੍ਰਧਾਨਾਂ ਦੀ ਜਿਹੜੀ ਜ਼ਿੰਮੇਵਾਰੀ ਪਾਰਟੀ ਨੇ ਦਿੱਤੀ। ਦੇਖੋ ਮੇਰੀ ਗੱਲ ਸੁਣੋ, ਮੇਰੀ ਗੱਲ ਮੈਂ ਕੀ ਕਹਿ ਰਿਹਾ, ਇਹ ਪ੍ਰੋਗੇਟਿਵ ਇਹ ਹੈਗਾ ਪਾਰਟੀ ਹਾਈਕਮਾਂਡ ਦਾ। ਸਾਨੂੰ ਤਾਂ ਜੋ ਜਿੱਥੇ ਜਿੰਨਾ ਸਾਡਾ ਮੈਂਡੇਟ ਹੁੰਦਾ ਅਸੀਂ ਉਨੀ ਇਨਪੁਟ ਦੇਦੇ ਹਾਂ, ਸਾਨੂੰ ਸਲਾਹ ਮਸ਼ਵਰਾ ਜ਼ਰੂਰ ਹੁੰਦਾ ਹੈ, ਪਰ ਅਸੀਂ ਡਿਕਟੇਟ ਨਹੀਂ ਕਰ ਸਕਦੇ। ਪਾਰਟੀ ਦਾ ਕਾਇਦਾ ਹੈ, ਇੱਕ ਮਰਿਆਦਾ ਹੁੰਦੀ ਹੈ। ਸੋ ਜੋ ਪਾਰਟੀ ਜਿਹਨੂੰ ਟਿਕਟ ਦੇਗੀ ਅਸੀਂ ਉਹਦੇ ਨਾਲ ਖੜ ਕੇ ਦਿਲੋਂ ਜਾਨ ਦੇ ਨਾਲ ਉਹਦੀ ਜਿਤਾਣ ਦੇ ਵਿੱਚ ਜਿਹੜਾ ਹੈ ਅਸੀਂ ਅੱਜ ਆਮ ਆਦਮੀ ਪਾਰਟੀ ਪਟਿਆਲਾ ਸ਼ਹਿਰ ਦੀ ਯੂਨਿਟ ਦੇ ਵਿੱਚ ਬਹੁਤ ਵੱਡੀ ਖੁਸ਼ੀ ਦੀ ਲਹਿਰ। ਆਮ ਆਦਮੀ ਪਾਰਟੀ ਦੇ ਪੁਰਾਣੇ ਵਲੰਟੀਅਰ, ਸਤਿਕਾਰਕ ਵਲੰਟੀਅਰ ਸਾਰਿਆਂ ਨੂੰ ਅੱਜ ਨਵੀਂ ਜ਼ਿੰਮੇਵਾਰੀ ਮਿਲੀ ਹੈ ਅਤੇ ਹਰ ਇੱਕ ਵਰਕਰ ਅੱਜ ਬਹੁਤ ਖੁਸ਼ ਹੈ ਅਤੇ ਅੱਜ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਸਣੇ ਐਮਐਲਏ ਸਾਹਿਬਾਨ, ਸਾਡੇ ਅਹੁਦੇਦਾਰ ਸਾਹਿਬਾਨ, ਲੋਕ ਸਭਾ ਇੰਚਾਰਜ, ਜ਼ਿਲ੍ਹਾ ਪ੍ਰਧਾਨ ਜਿੰਨੇ ਵੀ ਨੇ ਸਾਰੇ ਅੱਜ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦੇ ਇਸ ਫੈਸਲੇ ਤੋਂ ਬਹੁਤ ਖੁਸ਼ ਨੇ। ਅੱਜ ਸਾਰਿਆਂ ਨੂੰ ਅਸੀਂ ਵਧਾਈਆਂ ਦਿੱਤੀਆਂ ਨੇ, ਸਾਡੇ ਇੱਕ ਬਲਾਕ ਪ੍ਰਧਾਨ ਰਿਪੀਟ ਹੋਏ ਨੇ, ਬਾਕੀ ਸਾਰਿਆਂ ਨੂੰ ਨਵਾਂ ਇੱਕ ਪੁਰਾਣੇ ਉਹਨਾਂ ਤੋਂ ਪਹਿਲਾਂ ਦੇ ਨੇ, ਸਾਰਿਆਂ ਨੂੰ ਮੌਕਾ ਮਿਲਿਆ, ਸਾਰਿਆਂ ਨੂੰ ਵਧਾਈ ਦਿੱਤੀ ਆ। ਸੋ ਅੱਜ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਮੀਡੀਆ ਸਾਥੀਆਂ ਦਾ ਵੀ ਧੰਨਵਾਦ ਜੋ ਤੁਸੀਂ ਅੱਜ ਨਿੱਕੇ ਜਿਹੇ ਸੱਦੇ 'ਤੇ ਅੱਜ ਸਾਡੀ ਜਿਹੜੀ ਪ੍ਰੈਸ ਕਾਨਫਰੰਸ 'ਤੇ ਇਹ ਜਿਹੜਾ ਸਨਮਾਨ ਸਮਾਰੋਹ ਨੂੰ ਕਵਰ ਕਰਨ ਆਏ ਹੋ। ਸੋ ਮੀਡੀਆ ਸਾਥੀਆਂ ਦਾ ਵੀ ਬਹੁਤ ਬਹੁਤ ਧੰਨਵਾਦ।
असी अज जनता दे विच पंजाब सरकार जिहड़े काम कर रही है उहदा बहुत तुहानूं भरवां हुंगारा जिहड़ा मिल रहा, क्योंकि पिछले समय दे विच जिहड़ियां बिजली दीआं यूनिटां तुसीं देखिआ कि 85% पंजाब दे लोकां दे बिजली दे बिल जीरो आए ने। उस तों इलावा चाहे सेहत क्रांति की गल करिए उहदे विच वी अज पंजाब नंबर 1 ते आ, दूजे सिक्ख्या क्रांति दे विच पंजाब जिहड़ा नंबर 1 ते आ, ते होर वी कई इहो जिहे काम ने जिहड़े लोकल पद्धर ते ने उहदे विच वी आम आदमी पार्टी दा वलंटीयर साडे विधायक साहिबान लगातार लोकां दे विच ने, ते लोकां दे विच विचर के उहनां दे काम दे जिहड़े पैर दे आधार ते उपर कीते जा रहे ने। सो उम्मीद है कि इस बार असीं आम आदमी पार्टी पटियाला कारपोरेशन दे विच 50 फेर जिहड़ी असीं जित प्राप्त करांगे। 60 दे 60 जिहड़े वार्ड असीं जिहड़ी उह इहनां दी इक वार्ड दी जिहड़ी कमी सी ਉਹ ਆਮ ਆਦਮੀ ਪਾਰਟੀ ਪੂਰਾ ਕਰੂਗੀ। ਜ਼ਿਲ੍ਹਾ ਚਾਰਜੋ ਕੁਝ ਰੁਸਰ ਦੀ ਗੱਲ ਹੈਗੀ ਹੈ, ਕਿਵੇਂ ਦੇਖੋਗੇ ਤੁਸੀਂ ਕਿੱਦਾਂ ਸੈਟਲ ਕਰੋਗੇ? ਦੇਖੋ ਕੋਈ ਨਾਰਾਜ਼ਗੀ ਨਹੀਂ, ਅੱਜ ਤੁਹਾਡੇ ਸਾਹਮਣੇ ਇੱਥੇ ਸਾਰੇ ਵਰਕਰ ਸਾਹਿਬਾਨ ਆਏ ਨੇ, ਅੱਜ ਨਵੀਆਂ ਜ਼ਿੰਮੇਵਾਰੀਆਂ ਮਿਲੀਆਂ ਨੇ, ਸਾਰੇ ਬਹੁਤ ਖੁਸ਼ ਨੇ ਸਾਡੇ ਵਿੱਚ। ਪੁਰਾਣੇ ਜਿਹੜੇ ਇਹਨਾਂ ਤੋਂ ਪਹਿਲਾਂ ਬਲਾਕ ਪ੍ਰਧਾਨ ਸੀ ਉਹ ਵੀ ਇੱਥੇ ਤੁਸੀਂ ਦੇਖੋਗੇ ਕਿ ਲੱਡੂ ਆਪ ਵੰਡ ਰਹੇ ਨੇ, ਉਹ ਸ਼ਾਮ ਨੂੰ ਅੱਜ ਪਟਾਕੇ ਵੀ ਚਲਾਉਣਗੇ। ਇਹਨਾਂ ਵਾਸਤੇ ਅੱਜ ਦੀਵਾਲੀ ਆ ਸਾਰੇ ਵਰਕਰਾਂ ਵਾਸਤੇ, ਤੇ ਵਰਕਰ ਬਹੁਤ ਖੁਸ਼ ਨੇ। ਜੇ ਕਿਸੇ ਦਾ ਕੋਈ ਨਿੱਕਾ ਮੋਟਾ ਕੋਈ ਗੁੱਸਾ ਗਿਲਾ ਹੈ ਤਾਂ ਉਹ ਅਸੀਂ ਸਾਰੇ ਰਲ ਕੇ ਉਹਨਾਂ ਨੂੰ ਦੂਰ ਕਰ ਲਾਂਗੇ। ਇਹ ਕੋਈ ਨਾਰਾਜ਼ਗੀਆਂ ਸਾਡੀ ਪਾਰਟੀ ਦੇ ਵਿੱਚ ਬਹੁਤੀ ਵੱਡੀਆਂ ਨਹੀਂ ਹੁੰਦੀਆਂ, ਇਹਨੂੰ ਆਏ ਅਸੀਂ ਬੈਠ ਕੇ ਕਦੇ ਵੀ ਸਾਡੀਆਂ ਖਤਮ ਹੋ ਜਾਂਦੀਆਂ ਨੇ। ਸੋ ਸਾਡੇ ਜਿਹੜੇ ਵਲੰਟੀਅਰ ਨੇ ਬੜੇ ਜੁਝਾਰੂ ਨੇ, ਇਨਕਲਾਬੀ ਨੇ, ਬੜੇ ਇਮੋਸ਼ਨਲ ਬੰਦੇ ਨੇ, ਛੋਟੀ ਛੋਟੀ ਗੱਲ ਤੋਂ ਨਾਰਾਜ਼ ਵੀ ਹੁੰਦੇ ਨੇ ਪਰ ਸਮਝਦਾਰ ਵੀ ਬਹੁਤ ਨੇ ਅਤੇ ਜਲਦੀ ਸਮਝ ਵੀ ਜਾਂਦੇ ਨੇ।